ਬੱਚੇ ਵੱਢ ਰਹੇ ਸੁੱਕੀਆਂ ਲੱਕੜਾਂ, ਕੰਧਾਂ 'ਚ ਠੋਕ ਰਹੇ ਨੇ ਕਿੱਲ, ਕਲਾਸਾਂ 'ਚ ਲਾ ਰਹੇ ਨੇ ਪੋਸਟਰ। ਇਹ ਤਸਵੀਰਾਂ ਇੱਕ ਸਕੂਲ ਦੀਆਂ ਨੇ ਜਿਸ ਵਿੱਚ ਬੱਚਿਆਂ ਤੋਂ ਪੜ੍ਹਾਈ ਦੇ ਨਾਲ ਨਾਲ ਮਜ਼ਦੂਰੀ ਵੀ ਕਰਾਈ ਜਾ ਰਹੀ ਹੈ। ਸਕੂਲ ਟਾਈਮ ਦੇ ਵਿੱਚ ਹੀ ਬੱਚਿਆਂ ਤੋਂ ਉਹ ਕੰਮ ਕਰਵਾਏ ਜਾ ਰਹੇ ਨੇ ਜੋ ਕਿਸੇ ਮਜ਼ਦੂਰ ਦੇ ਜਾਂ ਕਿਸੇ ਕਰਮਚਾਰੀ ਦੇ ਨੇ। ਤਸਵੀਰਾਂ ਸਾਫ ਬਿਆਨ ਕਰਦੀਆਂ ਨੇ ਕਿ ਕਿੱਥੇ ਨਿੱਕੇ ਨਿੱਕੇ ਬੱਚਿਆਂ ਦੇ ਕੋਲੋਂ ਲੱਕੜਾਂ ਵਢਾਈਆਂ ਜਾ ਰਹੀਆਂ ਨੇ ਤੇ ਟੀਚਰ ਨਜ਼ਦੀਕ ਹੀ ਖੜੀ ਹੈ ਅਤੇ ਖੁਦ ਉਹਨਾਂ ਨੂੰ ਦੱਸ ਰਹੀ ਹੈ ਕਿ ਇੱਥੋਂ ਵੱਢੋ ਤੇ ਇੱਥੋਂ ਲੈ ਕੇ ਜਾਓ ਲੱਕੜਾਂ। ਨਿੱਕੇ ਨਿੱਕੇ ਬੱਚੇ ਲੱਕੜਾਂ ਵੱਢ ਵੀ ਰਹੇ ਨੇ ਤੇ ਲੈ ਕੇ ਵੀ ਜਾ ਰਹੇ ਨੇ। ਮਿਡ ਡੇ ਮੀਲ ਤਿਆਰ ਕਰਨ ਦੇ ਲਈ ਬਾਲਣ ਇਕੱਠਾ ਕਰ ਰਹੇ ਨੇ। ਸਿਰਫ ਇੰਨਾ ਹੀ ਨਹੀਂ ਹੈ, ਇਹ ਬੱਚੇ ਕਲਾਸਾਂ ਦੇ ਵਿੱਚ ਹਥੌੜੀ ਲੈ ਕੇ ਕੰਧ ਦੇ ਵਿੱਚ ਕਿੱਲ ਠੋਕ ਰਹੇ ਨੇ, ਪੋਸਟਰ ਟੰਗ ਰਹੇ ਨੇ। ਸਿਰਫ ਇੱਕ ਕਲਾਸ ਦੇ ਵਿੱਚ ਨਹੀਂ, ਸਾਰੀਆਂ ਕਲਾਸਾਂ ਦੇ ਵਿੱਚ ਇਹਨਾਂ ਬੱਚਿਆਂ ਤੋਂ ਹੀ ਕੰਮ ਕਰਵਾਇਆ ਜਾ ਰਿਹਾ ਹੈ। ਸਾਫ ਸਫਾਈ ਦੇ ਨਾਲ ਨਾਲ ਕਿੱਲ ਠੋਕ ਠੋਕ ਕੇ ਇਹ ਬੱਚੇ ਤਸਵੀਰਾਂ ਤੇ ਪੋਸਟਰ ਟੰਗ ਰਹੇ ਨੇ। ਸਕੂਲੀ ਬੱਚਿਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਨਾਰਾਜ਼ ਹੈ ਤੇ ਗੁੱਸਾ ਜ਼ਾਹਰ ਕਰ ਰਿਹਾ ਹੈ। ਦਰਅਸਲ ਇਹ ਬਟਾਲਾ ਦਾ ਸਰਕਾਰੀ ਸਕੂਲ ਹੈ, ਜਿਸ ਦੇ ਵਿੱਚ ਸਕੂਲ ਦੇ ਵਿੱਚ ਬੱਚਿਆਂ ਤੋਂ ਪੜ੍ਹਾਈ ਦੀ ਥਾਂ ਮਜ਼ਦੂਰੀ ਕਰਵਾਈ ਜਾ ਰਹੀ ਹੈ। ਉਹਨਾਂ ਤੋਂ ਬਾਲਣ ਦੇ ਲਈ ਲੱਕੜਾਂ ਇਕੱਠੀਆਂ ਕਰਾਈਆਂ ਜਾ ਰਹੀਆਂ ਨੇ, ਦਾਤ ਫੜਾ ਕੇ ਲੱਕੜਾਂ ਵੱਢਣ ਲਈ ਕਿਹਾ ਜਾ ਰਿਹਾ ਹੈ ਤੇ ਬੱਚੇ ਵੱਢ ਵੀ ਰਹੇ ਨੇ। ਹਥੌੜਾ ਲੈ ਕੇ ਕੰਧਾਂ 'ਚ ਕਿੱਲ ਠੋਕ ਰਹੇ ਨੇ ਤੇ ਟੀਚਰਾਂ ਇਹ ਸਭ ਕੁਝ ਉਹਨਾਂ ਨੂੰ ਹਿਦਾਇਤ ਦੇ ਰਹੀਆਂ ਨੇ ਤਾਂ ਬੱਚੇ ਕਰ ਰਹੇ ਨੇ। ਪਰ ਬੱਚਿਆਂ ਦੇ ਹੱਥ ਵਿੱਚ ਜਿੱਥੇ ਪੈਨ ਪੈਨਸਲ ਹੁੰਦੇ ਨੇ ਉੱਥੇ ਕਿਸੇ ਨੇ ਦਾਤ ਫੜੀ ਹੈ ਤੇ ਕਿਸੇ ਨੇ ਹਥੌੜੀ ਫੜੀ ਹੋਈ ਹੈ, ਕੋਈ ਲੱਕੜਾਂ ਵੱਢ ਰਿਹਾ ਹੈ ਤੇ ਕੋਈ ਕਿੱਲ ਠੋਕ ਕੇ ਕੰਮ ਕਰ ਰਿਹਾ ਹੈ। ਜਦੋਂ ਇਸ ਵੀਡੀਓ ਨੂੰ ਲੈ ਕੇ ਟੀਚਰਾਂ ਤੱਕ ਪਹੁੰਚ ਕੀਤੀ ਗਈ ਤਾਂ ਫਿਰ ਟੀਚਰਾਂ ਜੋ ਕੈਮਰੇ ਅੱਗੇ ਬੋਲੀਆਂ ਨੇ ਉਹ ਤੁਸੀਂ ਆਪ ਸੁਣ ਲਿਓ। ਕਿੰਨਾ ਬੇਟਾ ਤੁਹਾਡਾ? ਰਾਜਾ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਪੰਜਵੀਂ। ਤੁਸੀਂ ਅੰਦਰ ਕੀ ਕਰਦੇ ਪਏ ਸੀ? ਕੁਛ ਨਹੀਂ, ਆਪੇ ਉਦਾਂ ਹੀ ਕਰਨ ਦੇ। ਕੀ ਕਰਦੇ ਪਏ ਸੀ ਬੇਟਾ? ਗਿੱਟੀਆਂ ਲਾਉਂਦੇ ਤੇ। ਹਾਂਜੀ। ਉਹ ਚਾਟ ਕਰ ਕਦੀ ਲਾਏ? ਹਾਂਜੀ। ਕਰ ਵੀ ਕਦੀ ਇਦਾਂ ਥੋੜੀ ਨਾ ਕੰਮ ਕੀਤਾ? ਹਾਂਜੀ। ਕਿੰਨੇ ਚਾਟ ਲਾਏ ਸੀ? ਦੋ ਲਾਏ ਤੇ। ਕੱਲ ਲੱਕੜਾਂ ਵੀ ਵੱਡੀਆਂ ਸੀ? ਨਾ ਨਾ। ਪਤਾ ਨੀ ਆ ਵੀਡੀਓ ਕਿੰਨੇ ਬਣਾਈ ਆ। ਹਾਂਜੀ ਸਰ, ਥੋੜ੍ਹਾ ਬਹੁਤਾ ਤਾਂ ਹੁਣ ਫਿਰ ਵੇਖੋ, ਹੁਣ ਕੀ ਕਰੀਏ ਫਿਰ? ਇਕੱਲੇ ਆਪ ਹੀ ਕਰ ਠੋਕੀਏ? ਆਪ ਆਪ ਲਾਈਏ ਚਾਟ? ਜਿਹੜੇ ਆ ਬੱਚਿਆਂ ਦੀ ਹੈਲਪ ਤਾਂ ਕਰ ਲੈਣੀ ਪੈਂਦੀ ਆ ਨਾ ਥੋੜ੍ਹੀ ਜਿਹੀ। ਨਹੀਂ ਚਲੋ ਵੇਖੋ, ਹੁਣ ਅਸੀਂ ਤਾਂ ਹੁਣ ਵੇਖੋ ਕਰਨ ਡੇ ਇੱਕ ਦੂਜੇ ਦੇ ਨਾਲ, ਹੈ ਨਾ, ਅਸੀਂ ਕਰਦੇ ਹਾਂ ਨਾ ਪਏ ਅਤੇ ਬੱਚਿਆਂ ਦੇ ਕੋਲ ਇਹ ਜਿਹੜਾ ਸਮਾਨ ਚੁੱਕ ਕੇ ਬੱਚਿਆਂ ਦੀ ਆਪਾਂ ਹੈਲਪ ਹੀ ਲੈਣੀ ਆ, ਕੀ ਕਰਨਾ ਫਿਰ? ਥੋੜ੍ਹੀ ਦੇ ਨਾਲ ਨਹੀਂ, ਥੋੜ੍ਹੀ ਦੇ ਨਾਲ ਮੈਡਮ ਵੀ ਤਾਂ ਲੱਗੇ ਹੋਣਗੇ, ਨਾਲ ਬੱਚੇ ਲੱਗੇ। ਹਾਂ, ਮੈਡਮ ਨੇ ਉੱਤੇ ਚੜਾਇਆ, ਉਹਨਾਂ ਨੂੰ ਉੱਤੇ ਚੜਾਇਆ। ਹਾਂ ਅੱਛਾ ਸਰ, ਤੁਸੀਂ ਦੱਸ ਦਿਓ ਫਿਰ ਕੀ ਕਰੀਏ। ਨਹੀਂ, ਮੇਨਟੀਨੈਂਸ ਦੇ ਪੈਸੇ ਦਿੱਤੇ ਤਾਂ ਅਸੀਂ ਕੰਮ ਵੀ ਤਾਂ ਕਰਵਾ ਰਹੇ ਹਾਂ, ਮੇਨਟੀਨੈਂਸ ਤਾਂ ਕਰਵਾ ਰਹੇ ਹਾਂ ਨਾ ਸਰ। ਇਹ ਹੁਣ ਤਾਂ ਮੈਨੂੰ ਨਹੀਂ ਪਤਾ ਹੈਗਾ ਕਿ ਜਾਇਜ਼ ਹੈ ਕਿ ਨਾ ਜਾਇਜ਼ ਹੈ,
ਪਰ ਇਹੀ ਹੈਲਪ ਤੇ ਬੱਚਿਆਂ ਦੇ ਹੁਣ ਵੇਖੋ ਕੀ ਕਰੀ ਕਿ ਆਪ ਹੀ ਇਹ ਠੋਕੀਏ ਫਿਰ ਤੁਹਾਡੀ ਆਪ ਇਹ ਕਰੀਏ ਕੀ ਵੇਖੋ ਹਾਂ ਨਹੀਂ ਚਲੋ ਸਰ ਠੀਕ ਵਾ ਅੱਗੇ ਤੋਂ ਨਹੀਂ ਕਰਦੇ ਆਪਾਂ ਅਸੀਂ ਤਾਂ ਕਦੀ ਕਰਵਾਇਆ ਹੀ ਨਹੀਂ ਇਹਨਾਂ ਕੋਲ ਕੰਮ ਆਹ ਪਹਿਲੇ ਦੇਣੀ ਆ ਆਹ ਖਲਾਰਾ ਜੇ ਜ਼ਿਆਦਾ ਪਿਆ ਤਾਂ ਥੋੜ੍ਹੇ ਵੱਡੇ ਬੱਚਿਆਂ ਨੂੰ ਤਾਂ ਕਹਿ ਤਾਂ ਹੋਣਾ ਮੈਡਮ ਨੇ ਕਿੱਥੇ ਚਾਰਟਰ ਕਰਵਾਏ ਆ ਤੇ ਮੈਡਮ ਵੀ ਤਾਂ ਨਾਲ ਲੱਗੇ ਆ ਵੇਖੋ ਨਾ ਮੈਡਮ ਨੇ ਵੀ ਨਾਲ ਲਾਏ ਆ ਉਹਨਾਂ ਨੇ ਹੋ ਸਕਦਾ ਜਦੋਂ ਤੁਸੀਂ ਆਏ ਹੋਵੋਗੇ ਤਾਂ ਉਦੋਂ ਥੋੜ੍ਹੀ ਫੜ ਕੇ ਲੱਗ ਪਏ ਹੁਣ ਹੋ ਸਕਦਾ ਹਾਂ ਉਹ ਕਹਿੰਦੇ ਮੇਰਾ ਪੈਰ ਸਲਿੱਪ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਉਹ ਲੱਗ ਗਏ ਹੋਣੇ ਕਹਿੰਦੇ ਮੈਡਮ ਅਸੀਂ ਲਾ ਦਿੰਦੇ ਹਾਂਜੀ ਹਾਂਜੀ ਸਰ ਮੈਂ ਤਾਂ ਵੇਖਿਆ ਨਹੀਂ ਕੈਮਰਾ ਮੈਂ ਤਾਂ ਨਹੀਂ ਨਾ ਵੇਖਿਆ ਵੀ ਤੁਸੀਂ ਕਿੱਥੇ ਮਾਰਿਆ ਕਿੱਥੇ ਨਹੀਂ ਮਾਰਿਆ ਹੈ ਨਾ ਅਤੇ ਇਹ ਸਰ ਐਚ ਟੀ ਫਿਫਥ ਕਲਾਸ ਤੱਕ ਪਹਿਲੀ ਤੋਂ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਅੱਠ ਹਜ਼ਾਰ ਰੁਪਈਆ ਦੇ ਕੇ ਅਸੀਂ ਬੰਦੇ ਡਾਹ ਕੇ ਪੰਜ ਛੇ ਅਤੇ ਅਸੀਂ ਬੰਦਿਆਂ ਕੋਲ ਦਰਖਤ ਕਟਵਾਏ ਆ ਸਾਰੇ ਠੀਕ ਹੈ ਬੱਚਿਆਂ ਕੋਲ ਅਸੀਂ ਕਿਉਂ ਕਟਵਾਉਣੇ ਜੇ ਕਟਵਾਉਣੇ ਹੁੰਦੇ ਤੇ ਫਿਰ ਪਹਿਲਾਂ ਕਿਉਂ ਕਟਵਾ ਲੈਂਦੇ ਸਰ ਉਹ ਮੈਂ ਮੰਨਦੀ ਹਾਂ ਕਿ ਉਹ ਮਿਸਤਰੀ ਵੀ ਕੰਮ ਕਰਨ ਡੇ ਆ ਮਿਸਤਰੀਆਂ ਨੂੰ ਲੱਕੜਾਂ ਅੜਦੀਆਂ ਹੈਗੀਆਂ ਠੀਕ ਹੈ ਇਸ ਕਰਕੇ ਮੈਡਮ ਨੇ ਹੋ ਸਕਦਾ ਕਿ ਥੋੜੀਆਂ ਜਿਹੀਆਂ ਥੋੜੀ ਜਿਹਾ ਭੰਨ ਲਿਆ ਹੋਵੇ ਬਾਕੀ ਤਾਂ ਵੇਖੋ ਉੱਥੇ ਪਿਆ ਕਿੱਥੇ ਕਟਵਾਇਆ ਬਾਲਣ ਉਹ ਸਾਰੀਆਂ ਪਈਆਂ ਪਈਆਂ ਉਹ ਲੱਕੜ ਵਾਲੇ ਮਾਰਿਓ ਭਾਜੀ ਕੈਮਰਾ ਉਹ ਸਾਰੀਆਂ ਲੱਕੜਾਂ ਉੱਥੇ ਪਈਆਂ ਨੇ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਪੈਰਾਂ ਤੇ ਵੱਜਦੇ ਪਏ ਆ ਕੋਈ ਨਿੱਕੀ ਮੋੜੀ ਮਾਰ ਦੋੜਦੇ ਆ ਨਾ ਥੋੜੀ ਜਿਹੀ ਸੱਟ ਲੱਗੀ ਮੇਰੇ ਨਾਲ ਤਾਂ ਤੋੜਤੀਆਂ ਨਹੀਂ ਆ ਇੱਥੇ ਹੈਗੇ ਸਰ ਉਹਨਾਂ ਕੋ ਪੁੱਛ ਲਓ ਕਿ ਕੋਈ ਨਾ ਕੋਈ ਬੱਚਾ ਜੂ ਲੈ ਕੇ ਜਾਂਦੇ ਕਿਤੇ ਹੱਥ ਤੇ ਵੱਜ ਜਾਂਦਾ ਕਿਤੇ ਪੈਰ ਤੇ ਲੱਗੂ ਪੱਟੀ ਕਰਵਾ ਕੇ ਆਈ ਦੀ ਕਰਵਾਈ ਦੀ ਆ ਇਹ ਵੀ ਤੇ ਰਿਸਪੌਂਸਿਬਿਲਟੀ ਤੁਹਾਡੀ ਆ ਨਾ ਸਰ ਇਹੀ ਕਰਵਾਨੇ ਆ ਬੱਚੇ ਸਰ ਉਹ ਭੱਜ ਜਾਂਦੇ ਆ ਧਿਆਨ ਪੂਰੇ ਰੱਖੀ ਦਾ ਜਦੋਂ ਖਾਣਾ ਖਾ ਕੇ ਤੇ ਫਿਰ ਭੱਜਦੇ ਦੌੜਦੇ ਆ ਚਾਚ ਮੇਰੇ ਦੌੜਦੇ ਨੇ ਤੇ ਉਹ ਥੋੜੀਆਂ ਜਿਹੀਆਂ ਸਾਰ ਕਰ ਲਈਆਂ ਹੋਣਗੀਆਂ ਅਸੀਂ ਨਹੀਂ ਮੰਨਦੇ ਕੀ ਕੀ ਗੱਲ ਹੋਈ ਆ ਹਨਾ ਥੋੜੀਆਂ ਜਿਹੀਆਂ ਮਿਸਤਰੀਆਂ ਨੂੰ ਵੀ ਉਧਰ ਅੜਦੀਆਂ ਸੀਗੀਆਂ ਤੇ ਉਹ ਵੇਖੋ ਬਾਲਣ ਸਾਰਾ ਉਸ ਤਰ੍ਹਾਂ ਪਏ ਜੇ ਵਢਾਈਆਂ ਹੁੰਦੀਆਂ ਤੇ ਫਿਰ ਸਾਰੀਆਂ ਨਾ ਵੱਡੀਆਂ ਹੁੰਦੀਆਂ ਸਾਰੀਆਂ ਵੱਢ ਲੈਣੀਆਂ ਸੀ ਨਾ ਅਸੀਂ ਪਤਾ ਕੀ ਹੁੰਦੀ ਚੰਗਿਆਈ ਕੋਈ ਨਹੀਂ ਦੇਖਦਾ ਚੰਗਾ ਕੰਮ ਕੋਈ ਨਹੀਂ ਦੇਖਦਾ ਇਹ ਹੁਣ ਲੋਕਾਂ ਨੂੰ ਇਹ ਕੰਧ ਹੋ ਗਈ ਆ ਚਾਰ ਚਫੇਰੇ ਲੋਕੀ ਚਲੋ ਹੋ ਸਕਦਾ ਕਿਸੇ ਨੇ ਜੈਲਸੀ ਕਰਦੇ ਹੋਣ ਹਨਾ ਵੀਡੀਓ ਕਿਸੇ ਨੇ ਜਾਣ ਕੇ ਬਣਾਈ ਹੈ ਵੀ ਚਲੋ ਇਹਨਾਂ ਮੈਡਮਾਂ ਨੂੰ ਥੋੜਾ ਜਿਹਾ ਕਰਦੇ ਆ ਥੋੜਾ ਜਿਹਾ ਹਨਾ ਦੇਖੋ ਲੋਕਾਂ ਦੇ ਘਰਾਂ 'ਚ ਇੰਨਾ ਕੂੜਾ ਇੱਥੇ ਸੁੱਟਦੇ ਆ ਸਾਰੇ ਆਪਣੇ ਮੈਂ ਖੁਦ ਵੇਖਦੀ ਆ ਸਾਰੇ ਆਪਣੇ ਘਰਾਂ ਜਿੰਨੀਆਂ ਡੋਰਾਂ ਗੁੱਡੇ ਸਾਰੇ ਤੋੜ ਕੇ ਇੱਥੇ ਸੁੱਟਦੇ ਆ ਉਹਨਾਂ ਦੇ ਘਰ ਆ ਉਹਨਾਂ ਦੇ ਘਰ ਦਾ ਸਾਰਾ ਪਾਣੀ ਇੱਧਰ ਆ ਰਿਹਾ ਸੀ ਉਹ ਸਾਰਾ ਉਹਨਾਂ ਨੇ ਬਣਾਈ ਹੋਵੇ ਹੁਣ ਸਾਰਾ ਇਹਨਾਂ ਦਾ ਘਰ ਜਾ ਕੇ ਵੇਖੋ ਇਹਨਾਂ ਨੇ ਦੁਬਾਰਾ ਨਾਲ ਸਰ ਜਿੰਨ ਵੀ ਬਣਾਈ ਆ ਜੈਲਸੀ ਕਰਕੇ ਬਣਾਈ ਆ ਕੀਤੀ ਨਾ ਕਿਸੇ ਨੇ ਨਹੀਂ ਸਰ ਅਸੀਂ ਮੈਂ ਤਾਂ ਤੁਹਾਨੂੰ ਦੱਸਣ ਰਹੀ ਹਾਂ ਵੀ ਅੜਦੀ ਸੀਗੀ ਬੱਚਿਆਂ ਦੇ ਪੈਰਾਂ ਨਾਲ ਅੜਦੀਆਂ ਸੀ ਤੇ ਬੱਚੇ ਡਿੱਗਦੇ ਪਏ ਸੀ ਇਸ ਕਰਕੇ ਉਹਨਾਂ ਨੇ ਮੈਡਮ ਨੇ ਹੋ ਸਕਦਾ ਕਰਵਾ ਲਈ ਹੋਵੇ ਹਨਾ ਮੈਂ ਝੂਠ ਥੋੜੀ ਮਾਰਦੀ ਪਈ ਮੈਂ ਤਾਂ ਸੱਚ ਹੀ ਜੋ ਹੈਗਾ ਤੁਹਾਡੇ ਸਾਹਮਣੇ ਲਿਆਉਣ ਡਈ ਹਾਂ ਵੀ ਜੋ ਉੱਥੇ ਮਿਸਤਰੀਆਂ ਨੂੰ ਵੀ ਅੜਦੀਆਂ ਸੀ ਲੱਕੜਾਂ ਹੋ ਸਕਦਾ ਵੀ ਨਾਲ ਲੱਗੀ ਸੀ ਨਾ ਪੂਰੇ ਮਿੱਟੋ ਮਿੱਟੀ ਹੋਈ ਪਈ ਆ ਨਾਲ ਕੱਲੇ ਤਾਂ ਨਹੀਂ ਨਾ ਬੱਚਿਆਂ ਨੂੰ ਡਾਇਆ ਕੱਲੇ ਬੱਚੇ ਡਾਏ ਅਸੀਂ ਮੈਂ ਘੁੰਮਦੀ ਪਈ ਸੀਗੀ ਨਾਲ ਕੱਲੇ ਬੱਚੇ ਥੋੜੀ ਡਾਏ ਅਸੀਂ ਅਸੀਂ ਤੇ ਆਪ ਸਮਾਨ ਚੁੱਕ ਚੁੱਕ ਕੇ ਅੰਦਰ ਬਾਹਰ ਕਰ ਰਹੇ ਨੇ ਉਹਦੀ ਗੱਲ ਮੇਰੇ ਹੱਥ ਵੇਖੋ ਆ ਵੇਖੋ ਛਾਲੇ ਪੈ ਗਏ ਹੋਏ ਹੱਥ ਦੇਖ ਲਓ ਤੁਸੀਂ ਹੱਥ ਚੈੱਕ ਕਰ ਸਕਦੇ ਹੋ ਡਾਕਟਰ ਕੋ ਚੈੱਕ ਕਰਵਾ ਸਕਦੇ ਹੱਥ ਦੇ ਹਾਲਤ ਵੇਖੋ ਇਦਾਂ ਕਿਦੇ ਹੱਥ ਹੁੰਦੇ ਉਹਦੇ ਹੁੰਦੇ ਜਿਹੜਾ ਕੰਮ ਕਰਦਾ ਸਰ ਜਿਹੜਾ ਨਹੀਂ ਕੰਮ ਕਰਦਾ ਉਹਦੇ ਚੱਕ ਕੇ ਦਾ ਹੀ ਨਹੀਂ ਡੱਬਾ ਚੁੱਕ ਕੇ ਉੱਥੇ ਡੱਬਾ ਚੁੱਕ ਕੇ ਉੱਥੇ ਰੱਖੀਦਾ ਤੇ ਸਾਰੇ ਲੱਕੜ ਸਰ ਉੱਥੇ ਪਈ ਸਿਰਫ ਇੰਨੀ ਜਗ੍ਹਾ ਸਾਡਾ ਸਕੂਲ ਹੈ ਸਾਨੂੰ ਨਹੀਂ ਪਤਾ ਬਈ ਅਸੀਂ ਘਰ ਵੀ ਕੰਮ ਕਰੀਦਾ ਇੱਥੇ ਸਕੂਲ ਵੀ ਕਰੀਦਾ ਸਰ ਮੇਰਾ ਸੋਨੀਆ
ਕੱਲ ਦੀ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਸਕੂਲ ਦੇ ਬੱਚਿਆਂ ਕੋਲੋਂ ਲੱਕੜਾਂ ਕਟਵਾ ਰਹੇ ਹੋ। ਨਹੀਂ ਸਰ, ਲੱਕੜਾਂ ਨਹੀਂ ਕਟਵਾਈਆਂ ਸਰ, ਛੋਟੇ ਬੱਚੇ ਆ ਅਤੇ ਸਮਾਨ ਕਰਕੇ ਗਰਾਊਂਡ ਸਾਡੀ ਵੈਸੇ ਸਾਰੀ ਕਵਰ ਹੋ ਗਈ ਦੀ ਆ, ਤੁਸੀਂ ਆਪ ਖੁਦ ਵੇਖ ਸਕਦੇ ਹੋ ਕਿੰਨੀ ਲੱਕੜ ਵਿਛੀ ਹੋਈ ਆ, ਅਤੇ ਉਹ ਬੱਚੇ ਇੱਧਰ ਕੰਮ ਹੋ ਰਿਹਾ ਉਹ ਵੀ ਤੁਸੀਂ ਦੇਖ ਸਕਦੇ ਹੋ, ਚੈੱਕ ਕਰ ਸਕਦੇ ਹੋ। ਅਤੇ ਉਹ ਛੋਟੇ ਬੱਚੇ ਪਹਿਲੀ ਵਾਲੇ ਵੀ ਪ੍ਰੀ ਪ੍ਰਾਇਮਰੀ ਸਾਰੇ ਬੱਚੇ ਤਾਂ ਖੇਡਦੇ ਪਏ ਆ ਅਤੇ ਕਈਆਂ 'ਤੇ ਚੋਟ ਵੀ ਲੱਗੀ ਆ, ਅਤੇ ਉਹ ਪਹਿਲੇ ਸਰ ਮੈਂ ਹੀ ਸ਼ੁਰੂ ਕੀਤਾ ਸੀ ਕੰਮ, ਅਤੇ ਫਿਰ ਉਹ ਜਦੋਂ ਮੇਰਾ ਹੱਥ ਥੱਕਿਆ ਤਾਂ ਫਿਰ ਬੱਚੇ ਕਹਿੰਦੇ ਮੈਡਮ ਅਸੀਂ ਚੁਕਵਾ ਦਿੰਦੇ ਨਾਲ, ਅਤੇ ਜਦੋਂ ਮੈਂ ਕੀਤਾ ਉਦੋਂ ਕਿਸੇ ਨੇ ਨਹੀਂ ਵੇਖਿਆ, ਅਤੇ ਜਦੋਂ ਬੱਚੇ ਕੀਤੇ ਉਦੋਂ ਸਾਰਿਆਂ ਨੇ ਵੇਖ ਲਿਆ। ਨਹੀਂ ਸਰ, ਹਥਿਆਰ ਸਿਰਫ ਮੈਂ ਹੀ ਪਹਿਲਾਂ ਉਹ ਫੜਿਆ ਸੀ ਸਰ, ਪਹਿਲਾਂ ਮੇਰੇ ਹੱਥ ਸੀ, ਜਦੋਂ ਇਹਨੇ ਕਿਸੇ ਨੇ ਜਾਣ ਕੇ ਸ਼ਿਕਾਇਤ ਕੀਤੀ ਹੈ, ਪਹਿਲਾਂ ਮੇਰੇ ਹੱਥ 'ਚ ਹੀ, ਮੈਂ ਹੀ ਵੇਖਿਆ, ਮੇਰੇ ਸਾਹ ਵੇਖ ਲਓ, ਹੱਥ ਵੇਖ ਲਓ, ਤੁਸੀਂ ਮੇਰੇ ਹੱਥ ਚੈੱਕ ਕਰ ਸਕਦੇ ਹੋ, ਬੇਸ਼ੱਕ ਤੁਸੀਂ ਕਰੋ, ਉਹ ਪਹਿਲਾਂ ਮੈਂ ਹੀ ਫੜਿਆ, ਉਹ ਫਿਰ ਬੱਚਨ। ਨਹੀਂ ਸਰ, ਇਹ ਬਿਲਕੁਲ ਜਾਇਜ਼ ਨਹੀਂ ਆ, ਅਸਲ 'ਚ ਸਾਡੇ ਬੱਚੇ ਦੀ ਵੇਖ ਚਰਨ ਦੇ ਪੈਰਾਂ 'ਤੇ ਕਿੰਨੇ 'ਤੇ ਵੱਜ ਗਈ ਆ, ਤੋ ਮਜਬੂਰੀ ਬਸ ਸਾਨੂੰ ਕਰਨਾ ਪਿਆ, ਕਿਉਂਕਿ ਉਦੋਂ ਇਹ ਦੀਦੀ ਹੁਣ ਚਲੇ ਗਏ ਸੀ, ਨਹੀਂ ਤਾਂ ਅਸੀਂ ਕਹਿਣਾ ਹੀ ਨਹੀਂ ਸਰ। ਇਹ ਕਦੀ ਵੀ ਨਹੀਂ ਕਰਵਾਇਆ, ਤੁਹਾਡੇ ਸਾਹਮਣੇ ਸਾਰੇ ਡੈਸਕ ਕੱਟੀ ਹੋਈ ਆ, ਸਾਰੇ ਰੁੱਖ ਕੱਟ ਗਏ, ਇਹ ਬਾਹਰੋਂ ਆ ਕੇ ਬੰਦੇ ਲਵਾ ਕੇ ਕਰਵਾਏ।